ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਬਣੀ ਹੋਈ ਆ। ਮੈਂ ਵਾਰ ਵਾਰ ਕਹਿੰਦਾ ਗਿਆ ਪੰਜਾਬ ਦੇ ਵਿੱਚ ਨੇਹਾ ਸੂਰੀ ਦਾ ਮਰਡਰ, ਕੱਲ੍ਹ ਇੱਕ ਲੜਕੀ ਦੇ ਉੱਤੇ ਹਮਲਾ, ਲੁਧਿਆਣੇ ਦੇ ਵਿੱਚ ਅੱਜ ਫਿਰੋਜ਼ਪੁਰ 'ਚ ਫਾਇਰਿੰਗ। ਸੋ ਮੈਂ ਸਮਝਦਾ ਵੀ ਕੈਪਟਨ ਸਾਹਿਬ ਜਿਹੜੇ ਹੈਗੇ ਨੇ ਆਪਣੇ ਘਰ ਦੇ ਵਿੱਚ ਹੀ ਕੈਦ ਹੋ ਚੁੱਕੇ ਨੇਗੇ, ਉਹ ਬਤੌਰ ਜਿਹੜਾ ਹੈਗਾ ਹੋਮ ਮਿਨਿਸਟਰ ਬਿਲਕੁਲ ਕੰਮ ਨਹੀਂ ਕਰ ਸਕਦੇ। ਮੈਂ ਸਮਝਦਾ ਕੈਪਟਨ ਸਾਹਿਬ ਨੂੰ ਤੁਰੰਤ ਅਸਤੀਫਾ ਦੇਣਾ ਚਾਹੀਦਾ ਬਤੌਰ ਜਿਹੜਾ ਹੋਮ ਮਿਨਿਸਟਰ, ਔਰ ਹੋਮ ਮਿਨਿਸਟਰ ਦਾ ਕਾਰਜਭਾਰ ਕਿਸੇ ਹੋਰ ਬੰਦੇ ਨੂੰ ਦੇਣਾ ਚਾਹੀਦਾ, ਕਿਉਂਕਿ ਕੈਪਟਨ ਸਾਹਿਬ ਤੋਂ ਆਪਣੇ ਘਰ 'ਚੋਂ ਨਿਕਲਣ ਜਾ ਰਿਹਾ, ਉਹ ਆਪਣੇ ਘਰ ਦੇ ਵਿੱਚ ਹੀ ਮੈਂ ਸਮਝਦਾ ਇੱਕ ਤਰ੍ਹਾਂ ਦੇ ਕੈਦ ਹੋ ਚੁੱਕੇ ਨੇਗੇ, ਔਰ ਪੰਜਾਬ ਦੇ ਕਿਸੇ ਮਾਮਲੇ ਬਾਰੇ ਕੋਈ ਧਿਆਨ ਨਹੀਂ ਦੇ ਰਹੇ, ਔਰ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਬਣੀ ਹੋਈ ਹੈ। ਦੇਖੋ, ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹਦੀ ਪੋਜੀਸ਼ਨ ਇਹ ਬਣੀ ਹੋਈ ਆ ਕਿ ਉਹਨਾਂ ਨੂੰ ਲੋਕ ਪਿੰਡਾਂ 'ਚ ਨਹੀਂ ਵੜਨ ਦੇ ਰਹੇ, ਉਹਨਾਂ ਨੂੰ ਲੋਕ ਗੁਰਦੁਆਰਾ ਸਾਹਿਬ ਤੱਕ ਨਹੀਂ ਜਾਣ ਦੇ ਰਹੇ, ਸੋ ਉਹਨਾਂ ਦੀ ਪੋਜੀਸ਼ਨ ਬਹੁਤ ਮਾੜੀ ਬਣੀ ਹੋਈ ਆ। ਔਰ ਤੁਸੀਂ 19 ਮਈ ਨੂੰ ਦੇਖੋਗੇ ਉਹਨਾਂ ਦਾ ਹਾਲ ਕੀ ਹੁੰਦਾ ਗਾ। ਪੰਜਾਬ ਦੇ ਕਿਸੇ ਵੀ ਸੀਨ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਹੈ ਨਹੀਂ। ਉਹ ਆਪ ਖੁਦ ਕਹਿੰਦਾ ਕਿ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਕਿ ਸਾਡਾ ਅਕਾਲੀ ਦਲ ਖਾਲੀ ਦਲ ਹੋ ਗਿਆ, ਸਾਡਾ ਅਕਾਲੀ ਦਲ ਖਤਮ ਹੋ ਚੁੱਕਿਆ। ਉਹਨਾਂ ਸਪੀਚ ਸੁਣੋ, ਉਹਨਾਂ ਦੀ ਜਿੰਨੀਆਂ ਵੀ ਉਹਨਾਂ ਦੇ ਭਾਸ਼ਣ ਨੇ, ਉਹਨਾਂ ਤੋਂ ਸਾਫ਼ ਝਲਕਦਾ ਕਿ ਸੁਖਬੀਰ ਸਿੰਘ ਬਾਦਲ ਬੁਖਲਾ ਗਏ ਨੇ ਔਰ ਖਤਮ ਹੋ ਚੁੱਕੇ ਨੇ ਇਸ ਸਮੇਂ। ਦੇਖੋ, ਕਾਂਗਰਸ ਪਾਰਟੀ ਜਿਹੜੀ ਹੈਗੀ ਆ 2 ਸਾਲਾਂ ਦੇ ਵਿੱਚ ਕੈਪਟਨ ਸਾਹਿਬ ਨੇ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਕੀਤਾ, ਚਾਹੇ ਲੋਕਾਂ ਦੇ ਕਰਜ਼ੇ ਮਾਫ਼ੀ ਦੀ ਗੱਲ ਆ, ਚਾਹੇ ਕਰਕੇ ਰੁਜ਼ਗਾਰ ਦੀ ਗੱਲ ਆ, ਕੈਪਟਨ ਸਾਹਿਬ ਬੁਰੀ ਤਰ੍ਹਾਂ ਪੰਜਾਬ ਵਿੱਚ ਫੇਲ ਹੋਏ ਨੇ। ਲੋਕ ਜਿਹੜਾ ਹੈਗਾ ਕੈਪਟਨ ਸਾਹਿਬ ਨੂੰ ਔਰ ਕਾਂਗਰਸ ਪਾਰਟੀ ਨੂੰ ਸਭ ਕੁਝ ਸਿਖਾਉਣਗੇ। ਤੁਸੀਂ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ। ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।